ਨਸ਼ਾ ਛਡਾਉਣ ਦੇ ਲਈ ਬਾਈ ਨਸ਼ਾ ਛਡਾਊ ਸੈਂਟਰ ਚ ਗਿਆ ਜਿੱਥੇ ਲੱਤਾਂ ਤੜਾ ਕੇ ਘਰ ਵਾਪਸ ਪਹੁੰਚਿਆ ਇੱਕ ਹਕੀਕਤ ਹੋਰ ਕੀ ਉੱਥੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਜਿਹੜੇ ਗੁੰਡੇ ਨੇ ਉਹਨਾਂ ਨੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਤੇ ਧੱਕੇ ਨਾਲ ਜਿੰਦਾਬਾਦ ਦੇ ਨਾਰੇ ਵੀ ਲਵਾਏ ਮੇਰੇ ਉਹਨਾਂ ਨੂੰ ਮੈਂ ਬੜਾ ਕਿ ਐਸਾ ਕਿ ਮੇਰੇ ਪਹਿਲਾ ਪੈਰ ਤੇ ਛੱਟ ਲੱਗ ਚੁੱਕੀ ਆ ਮੇਰੇ ਨਾਮ ਹੋਰਿਓ ਉਹ ਕਹਿੰਦੇ ਕੋਈ ਨਹੀਂ ਇੱਕ ਪੈਰ ਤੇ ਛੱਟ ਲੱਗੀ ਆ ਦੂਜਾ ਪੈਰ ਅਸੀਂ ਤੇਰੇ ਤੋਂ ਉਡ ਦਿਆਂਗੇ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਨੂੰ ਬਾਬਾ ਸ਼ੇਦੀ ਦੀ ਸ਼ਿਕਾਇਤ ਹੋ ਗਈ ਹੈ ਕਿ ਮੈਨੂੰ ਕੋਈ ਮੈਡੀਸਨ ਦੇ ਦਿਓ ਤੇ ਉਲਟਾ ਉਹਨਾਂ ਨੇ ਮੈਨੂੰ ਪਾਣੀ ਦੇ ਵਿੱਚ ਗਰਮ ਪਾਣੀ 'ਚ ਲਾਲ ਮਿਰਚਾ ਘੋਲ ਕੇ ਮੈਨੂੰ ਪਿਵਾਈਆਂ ਉੱਥੇ ਉਹਨਾਂ ਨੇ ਬੰਦੇ 2-2 ਸਾਲ ਤੋਂ ਬੈਠੇ ਹੋਏ ਸੀਗੇ ਉੱਥੇ ਉਹ ਬਿਲਕੁਲ ਮੈਂਟਲ ਹੋ ਕੇ ਗਿਆ ਜਿੰਨੀ ਦੇਰ ਉਹ ਸਹੀ ਸੀਗਾ ਬੰਦਾ ਉਨੀ ਦੇਰ ਉਹਦੇ ਘਰੇ ਨਹੀਂ ਭੇਜਿਆ ਜਦੋਂ ਮੈਂਟਲ ਹੋ ਗਿਆ ਫਿਰ ਉਹਦੇ ਘਰੇ ਭੇਜਤਾ ਉਹਨਾਂ ਨੇ ਇਹ ਜਿਹੜੀ ਗੁੰਡਾਗਰਦੀ ਕੀਤੀ ਉਸ ਨੂੰ ਲੁਕਾਉਣ ਦੇ ਲਈ ਉਹਨਾਂ ਨੇ ਨਿਹੰਗਾਂ ਦਾ ਬਾਣਾ ਪਾਇਆ ਹੋਇਆ ਸੀ। ਉਹਨਾਂ ਨੇ ਬਿਲਕੁਲ ਨਿਹੰਗਾਂ ਦਾ ਬਾਣਾ ਪਾਇਆ ਹੋਇਆ ਜਦ ਕਿ ਉਹ ਸਾਰੇ ਨਕਲੀ ਹੈਗੇ ਆ। ਉਹ ਕਿਹ ਜਿਹੜੇ ਨਿਹੰਗ ਸਿੰਘ ਹੈਗੇ ਆ ਉਹ ਖੁਦ ਨਸ਼ਾ ਨਹੀਂ ਕਰਦੇ ਦੂਸਰੇ ਛਡਾਉਂਦੇ ਆ। ਉਹ ਤਾਂ ਖੁਦ ਕਰਦੇ ਹੈਗੇ ਜਿਹੜਾ ਮਾਲਕ ਹੈ ਓਨਰ ਹੈਗਾ ਹੈ ਉਹਨਾਂ ਦਾ ਉਹਦਾ ਮੁੰਡਾ ਖੁਦ ਨਸ਼ੇ ਕਰਦਾ ਸੀਗਾ। ਇਹ ਗੱਲ ਸੱਚੀ ਹੈ ਵੀ ਨਾਲੇ ਤੁਹਾਨੂੰ ਕੁੱਟਦੇ ਸੀ, ਨਾਲੇ ਕਹਿੰਦੇ ਸੀ ਵੀ ਜਿੰਦਾਬਾਦ। ਬਿਲਕੁਲ ਕਹਿੰਦੇ ਸੀਗੇ ਸਾਨੂੰ। ਧੱਕੇ ਦੇ ਨਾਲ ਉਹਨਾਂ ਸਾਨੂੰ ਅੰਦਰ ਪੇਸਟ ਦੇ ਪੋਸਟਰ ਲਗਾਏ ਹੋਏ ਅੰਦਰ ਉਹਨਾਂ ਨੇ। ਤਪਵਾਚ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਨਾਂ ਤੇ ਜਗਾਰੀ ਲਗਾਓ ਹੁਣ ਮਗਰ ਡਾਂਗ ਰੱਖੀ ਹੋ ਗਈ ਛਤਲਾਂ ਦਾ ਡਰ ਤੋਂ ਅਸੀਂ ਬੋਲਣਾ ਹੀ ਹੈ ਕਾਫੀ ਹੁਣ ਸਾਡਾ ਨਹੀਂ ਮੰਨ ਕਰਦਾ ਸੀ ਕਿ ਉਹਨਾਂ ਦੇ ਨਾਂ ਤੇ ਜਗਾਰੇ ਲਾਉਣ ਦਾ ਇਹਨਾਂ ਨੇ ਧੱਕੇ ਨਾਲ ਲਗਵਾਨੀ ਸਾਡੇ ਕੋਲ ਜਗਾਰੇ 50000 ਮੈਂ ਦੇ ਚੁੱਕੀ ਇਹਨਾਂ ਨੂੰ 20000 ਘਰੋਂ ਲੈ ਕੇ ਗਏ 15-15000 ਨਾਲ ਦੋ ਵਾਰ ਮੇਰੇ ਕੋਲ ਲਿਆ 50000 ਪੂਰਾ ਦੇ ਕੇ ਤਾਂ ਇਹ ਮੁੰਡੀਆਂ ਲੱਤਾਬੰਮ ਮੁੰਡੇ ਦੀ ਮੈਸਰ ਦੁਸ਼ਮਣ ਬਣੀ ਹੋਈਆਂ ਇਹ ਜੋ ਲੰਘ ਗਏ ਆ ਉਦੋਂ ਦਾ ਬੁਰੇ ਹਾਲਤ ਜ਼ਬਰਦਸਤੀ ਮੇਕੋ ਸਿਆਣ ਕਰਵਾਏ ਜਿੰਦੇ ਅੰਦਰੋਂ ਲਾਤੇ ਦਰਵਾਜ਼ਿਆਂ ਦੇ ਸਾਨੂੰ ਬਾਹਰ ਨਾ ਆਣ ਦੇਣ ਸਿਆਣ ਕੀਤੇ ਤੇ ਫਿਰ ਜਿੰਦੇ ਰਣ ਖੋਲੇ ਪਏ ਸਾਨੂੰ ਇਹਨਾਂ ਨੂੰ ਆਣ ਦਿੱਤਾ ਬਾਹਰ ਜਦੋਂ ਕੋਈ ਬੰਦਾ ਮਕੀ ਉਹਦੇ ਨਾਲ ਮਕੀ ਬੈਸਬਾਜੀ ਕਰਦਾ ਆ ਕਿ ਹਾਂ ਵੀ ਤੁਸੀਂ ਮੇਰਾ ਗਲਤ ਕਰਦੇ ਹੈਗੇ ਆ ਤੇ ਫਿਰ ਉਹਨੂੰ ਹੋਰ ਮਕੀ ਪਾਣੀ ਦੇ ਵਿੱਚੋਂ ਮੂੰਹ ਡੁਬੋ ਦੰਦੇ ਹੁੰਦੇ ਸੀ ਅੰਦਰ ਉਹਦੇ ਬੰਦੇ ਦਾ ਜਿੰਨੀ ਤੇ ਕੇ ਬੰਦੇ ਮੱਕੀ ਆਖਰੀ ਸਾਹ ਆ ਜਾਂਦੇ ਫੇਰ ਉਹਨਾਂ ਨੂੰ ਬਾਹਰ ਕੱਢਦੇ ਹੁੰਦੇ ਸੀਗੇ ਅੰਦਰ ਉਹਨਾਂ ਨੇ ਸਕਿਉਰਿਟੀ ਗਾਰਡ ਰੱਖੇ ਹੋਏ ਹੈਗੇ ਤਿੰਨ ਤਿੰਨ ਚਾਰ ਚਾਰ ਮੁੰਡੇ ਅੰਦਰ ਉਹਨਾਂ ਨੇ ਉਹਨਾਂ ਨੂੰ ਖੁਲਾਉਂਦੇ ਪਲਾਉਂਦੇ ਉਹ ਖੁਦ ਨਸ਼ੇ ਕਰਦੇ ਨਸ਼ੇ ਕਰਕੇ ਰਾਤ ਨੂੰ ਆ ਕੇ ਉਹਨਾਂ ਨੇ ਖੁਦ ਡੰਗਾ ਮਾਰਨੀ ਆ ਸਾਡੇ ਉਹਨਾਂ ਨੇ ਸਾਰੇ ਬੰਦੇ ਕਰਦੇ ਜਿਹੜੇ ਅੰਦਰ ਬੁੱਢੇ ਬੁੱਢੇ ਬੰਦੇ ਹੁੰਦੇ ਸੀਗੇ 60 65 65 ਸਾਲ ਦੇ ਉਹਨਾਂ ਦਾ ਵੀ ਡੰਗਾ ਮਾਰਦੇ ਹੁੰਦੇ ਸੀਗੇ ਆ ਕੇ ਅੰਦਰ ਦਵਾਈਆਂ ਵੀ ਉਹਨਾਂ ਨੇ ਆਪ ਰੱਖ ਲਈਆਂ ਬਵਾਸੀਰ ਦੀ ਸੀਗੀ ਮੈਂ ਕਹਾਂਨ ਕੱਚੀ ਲੱਸੀ ਦੇ ਜਿਆ ਕ ਤੁਹਾਨੂੰ ਪੈਸੇ ਦੇਈ ਦੇ ਆਰ ਮਹੀਨੇ ਦੇ ਕੱਚੀ ਲੱਸੀ ਭਲਾਓ ਉਹਨੂੰ ਕਿਦਾਂ ਕਹਿੰਦਾ ਦਿਨੇ ਦਿਨੇ ਉਹ ਕਹਿੰਦਾ ਬਾ ਹੂੰ ਸਾਰੀ ਸਾਨੂੰ ਕਹਾਣੀ ਦੱਸਦਾ ਪਿਆ ਮਰਚਾ ਵਾਲਾ ਪਾਣੀ ਘੋਲ-ਘੋਲ ਕੇ ਭਲਾਉਂਦੇ ਸੀ ਕੋਈ ਸਾਨੂੰ ਉਹ ਹੈ ਜਿਹੜਾ ਉਹਦੇ ਅਨ ਸੁੱਕਾ ਪਿਆ ਨਾੜਾਂ ਉਹਦੀਆਂ ਨਿਕਲੀਆਂ ਪਈਆਂ ਹੁਣ 15 ਦਿਨ ਹੋ ਚਲੇ 16 ਦਿਨ ਤੇ ਅਜੇ ਹੁਣ ਮਾੜਾ ਮੋਟਾ ਖੁਆਨੀ ਪਈਆਂ ਜਾਂ ਥੋੜਾ ਜਿਹਾ ਰੰਗ ਤਾਂ ਕੋਈ ਦੀ ਐ ਐ ਨਾੜਾਂ ਨਿਕਲੀਆਂ ਪਈਆਂ ਪੈਰ ਰੜਰ ਸੁਜੇ ਪਏ ਸੀਗੇ ਦੋ ਜਾਨੇ ਫਾੜ ਕੇ ਨੂੰ ਆਟੋ 'ਚ ਬਿਠਾਇਆ ਦੋ ਜਾਨੇ ਫਿਰ ਟੈਕਸੀ 'ਚ ਬੜੀ ਮੁਸ਼ਕਲ ਨਾਲ ਲੈ ਕੇ ਤੋ ਮੁੜ ਕੇ ਜੋ ਦੇਖੇ ਬੰਦਾ ਨਹੀਂ ਹਲਾਦ ਹੈਗੇ ਇੱਥੇ ਰੱਖਣ ਜੋਗੇ ਫਿਰ ਘਰ ਦੇ ਨੂੰ ਕਹਿੰਦੇ ਕਿ ਇਹਨਾਂ ਨੇ 도ੜਨ ਦੀ ਕੋਸ਼ਿਸ਼ ਕੀਤੀ ਹੈਗੀ ਐ ਤਿੰਨੇ ਸੱਟਾਂ ਲੱਗੀਆਂ ਤੇ ਇਹਨਾਂ ਨੂੰ ਆ ਕੇ ਲੈ ਜਾਓ 도ੜਨ ਦੇ ਨਾਲ ਕਿਦੀ ਹੱਡੀ ਫ੍ਰੈਕਚਰ ਹੋ ਜਾਂਦੀ ਐ 15 15 ਫੁੱਟ ਉੱਚੀਆਂ ਕੰਧਾਂ ਕੀਤੀਆਂ ਹੋਗੀਆਂ ਬੰਦਾ ਕਿਸ ਤਰ੍ਹਾਂ ਉੱਪਰ ਚੜ੍ਹ ਜੇਗਾ ਸਸਤੇ ਕਾਲ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਆ ਕਰਨ ਪੰਜਾਬ ਦੇ ਵਿੱਚ ਨਸ਼ਾ ਕੋੜ ਵਾਂਗੂ ਵੱਧਦਾ ਜਾ ਰਿਹਾ ਹੈ ਬੇਸ਼ੱਕ ਸਰਕਾਰ ਬਦਲ ਗਈ ਪਰ ਹਾਲਾਤ ਅੱਗੇ ਨਾਲੋਂ ਵੀ ਬੱਤਰ ਹੁੰਦੇ ਜਾ ਰਹੇ ਨਸ਼ਾ ਛਡਾਉਣ ਦੇ ਲਈ ਬਾਈ ਨਸ਼ਾ ਛਡਾਉ ਸੈਂਟਰ ਚ ਗਿਆ ਜਿੱਥੇ ਲੱਤਾਂ ਚੜਾ ਕੇ ਘਰ ਵਾਪਸ ਪਹੁੰਚਿਆ ਮਾਤਾ ਜੀ ਵੀ ਬਹੁਤ ਦੁਖੀ ਨੇ ਬਾਈ ਵੀ ਬਹੁਤ ਦੁਖੀ ਹੈ ਇਹ ਇੱਕ ਹਕੀਕਤ ਹੋਰ ਕੀ ਉੱਥੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਜਿਹੜੇ ਗੁੰਡੇ ਨੇ ਉਹਨਾਂ ਨੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਤੇ ਧੱਕੇ ਨਾਲ ਬਦਦਾਬਾਦ ਦੇ ਨਾਰੇ ਵੀ ਲਵਾਏ ਵੀਰ ਸਾਡੇ ਨਾਲ ਨੇ ਭਾਈ ਬਹੁਤ ਮਾੜਾ ਹਲ ਕੀਤਾ ਹੋਇਆ ਭਾਈ ਮੇਰੇ ਘਰ ਦੇ ਨੇ ਉੱਥੇ ਭੇਜੇ ਸੀਗੇ ਨਸ਼ਾ ਛਡਾਣ ਦੇ ਲਈ ਉਹਨਾਂ ਨੇ ਕੀ ਕੀਤਾ ਹੈਗਾ ਉੱਥੇ ਖਾਣ ਪੀਣ ਨੂੰ ਕੁਛ ਨਹੀਂ ਦੇਣਾ ਹੈਗਾ ਉਹਨਾਂ ਨੇ ਸਾਨੂੰ ਵੀ ਜਦੋਂ ਦੋ ਬੰਦੇ ਆਪਸ ਦੇ ਵਿੱਚ ਬੈਠ ਕੇ ਗੱਲ ਕਰਦੇ ਹੈਗੇ ਆ ਤਾਂ ਫਿਰ ਉਹਨਾਂ ਨੂੰ ਆ ਕੇ ਬੋਲਦੇ ਕਿ ਤੁਸੀਂ ਗੱਲਾਂ ਕਿਉਂ ਕਰਦੇ ਹੈਗੇ ਆ ਨਸ਼ਾ ਖੁਦ ਕਰਦੇ ਹੈਗੇ ਉਹ ਨਸ਼ਾ ਖੁੱਦ ਕਰਕੇ ਰਾਤ ਦੇ ਟਾਈਮ ਤੇ ਆ ਕੇ ਸਾਹ ਨਫੇ ਕੁੱਟ ਮਾਰ ਕਰ ਦੇ ਗਿਆ ਇਹ ਡਾਂਗਾ ਮਾਰ ਮਾਰ ਕੇ ਉਹਨਾਂ ਨੇ ਮੇਰੇ ਪੈਰ ਦੀ ਹੱਡੀ ਫ੍ਰੈਕਚਰ ਕਰ ਦਿੱਤੀ ਹੋਈ ਆ ਮੇਰੇ ਉਹਨਾਂ ਨੂੰ ਮੈਂ ਬੜਾ ਕਿਆਸਾ ਕਿ ਮੇਰੇ ਪਹਿਲਾਂ ਸਪੈਰ ਤੇ ਛੱਟ ਲੱਗ ਚੁੱਕੀ ਆ ਮੇਰੇ ਨਾਮ ਹਰੀਓ ਉਹ ਕਹਿੰਦੇ ਕੋਈ ਨਹੀਂ ਇੱਕ ਪੈਰ ਤੇ ਛੱਟ ਲੱਗੀ ਹੈ ਦੂਜਾ ਪੈਰ ਅਸੀਂ ਤੇਰੇ ਤੋਂ ਉਡ ਦਿਆਂਗੇ ਤੇ ਉਹੀ ਗੱਲ ਕੀਤੀ ਆ ਮੇਰੇ ਤੋਂ ਸਾਰਾ ਪੂਰੀਆਂ ਫੋਟੋਆਂ ਵੀ ਪਈਆਂ ਹੋਈਆਂ ਅੱਜ ਤੱਕ ਪਲੱਸਟਰ ਲੱਗਾ ਪਲੱਸਟਰ ਹੋਣ ਤੋਂ ਪਹਿਲਾਂ ਮੈਂ ਫੋਟੋਆਂ ਖਿੱਚੀਆਂ ਹੋਈਆਂ ਸੀਗੇ ਪੈਰਾਂ ਦੀਆਂ ਉਹ ਵੀ ਪਈਆਂ ਹੋਈਆਂ ਮੇਰੇ ਕੋਲ ਉਹ ਫ੍ਰੈਕਚਰ ਸਾਰਾ ਕੀਤਾ ਹੋਇਆ ਕਿ ਹੁ 3 ਮਹੀਨੇ ਉੱਥੇ ਘਟ ਕੇ ਆਇਆ 2-3 ਮਹੀਨੇ ਲਈ ਹੁਣ ਫਿਰ ਮੈਂ ਮੰਜੇ ਤੇ ਬੈਠ ਕੇ ਹੈਗਾ ਮੈਂ ਜਦੋਂ ਤੁਸੀਂ ਉੱਥੇ ਗਏ ਕੀ ਹਾਲਾਤ ਸੀਗੇ ਨਸ਼ਾ ਛਡਾਓ ਸੈਂਟਰ ਲੱਗ ਰਿਹਾ ਸੀ ਕਿਸੇ ਪਾਸਿਓਂ ਕੀ ਸੀ ਕਿਸੇ ਬੰਦੇ ਉਹ ਨਸ਼ਾ ਛਡਾਓ ਕਹਿੰਦੇ ਨਹੀਂ ਲੱਗਦਾ ਹੈਗਾ ਉਹ ਕੁਝ ਵੀ ਨਹੀਂ ਦੀਵਾਰ ਤੇ ਲਿਖਤ ਪੜਤ ਹੈਗੀ ਹੈ ਕਿ ਹਾਂ ਇੱਥੇ ਨਸ਼ਾ ਛਡਾਇਆ ਜਾਂਦਾ ਆ ਕੁਝ ਵੀ ਨਹੀਂ ਲਿਖਿਆ ਹੈਗਾ ਆ ਖੇਤਾਂ ਦੇ ਵਿੱਚ ਉਹਨਾਂ ਨੇ ਸੈਂਟਰ ਬਣਾਇਆ ਹੈਗਾ ਆ ਆਲੇ-ਦੁਆਲੇ ਸਾਰੇ ਚਾਰੇ ਬੰਨੇ ਖੇਤ ਬਣੇ ਹੋਏ ਆ ਬਾਲੋਕੀ ਪਿੰਡ ਹੈਗਾ ਆ ਬਾਲੋਕੀ ਪਿੰਡ ਦੇ ਵਿੱਚ ਬਣਾਇਆ ਹੋਇਆ ਸੀ ਉਹਨਾਂ ਨੇ ਸੈਂਟਰ ਉੱਥੇ ਉਹਨਾਂ ਨੇ ਤੇ ਉੱਥੇ 1% ਵੀ ਨਹੀਂ ਲੱਗਦਾ ਸੀ ਕਿ ਸੈਂਟਰ ਆ ਉਹ ਤਾਂ ਅੰਦਰੋਂ ਇਸ ਤਰ੍ਹਾਂ ਲੱਗ ਜਾਂਦਾ ਜਿੱਦਾਂ ਕਿ ਮੁਰਗੀ ਖਾਣਾ ਬਣਾਇਆ ਹੋਇਆ ਅੰਦਰ ਉਹਨਾਂ ਨੇ ਜਿਵੇਂ ਤੁਸੀਂ ਦੱਸ ਰਹੇ ਸੀ ਉੱਥੇ ਤਾਂ ਇੱਕ ਇੱਕ ਸੈਕਿੰਡ ਕੱਢਣਾ ਬਹੁਤ ਔਖਾ ਸੀ ਬਹੁਤ ਔਖਾ ਸੀਗਾ ਤੇ ਬਹੁਤ ਜ਼ਿਆਦਾ ਔਖਾ ਸੀਗਾ ਮੈਂ ਘਰ ਦੇ ਉਹਨਾਂ ਨੂੰ ਕਿਹਾ ਵੀ ਸੀਗਾ ਕਿ ਹਾਂ ਵੀ ਇਹ ਸਹੀ ਨਹੀਂ ਹੈਗਾ ਕਿ ਮੈਨੂੰ ਲੈ ਜਾਓ ਲੇਕਿਨ ਉਹਨਾਂ ਨੇ ਮੈਨੂੰ ਮਿਲਣ ਤੋਂ ਪਹਿਲਾਂ ਹੀ ਮੇਰੇ ਘਰ ਦੇ ਨਾਲ ਗੱਲ ਕਰ ਲੈਂਦੇ ਸੀਗੇ ਕਿ ਹਾਂ ਵੀ ਤੇਰੇ ਘਰ ਦੇ ਨੇ ਆਉਣਾ ਹੈ ਉਹਨਾਂ ਨੇ ਕੋਈ ਵੀ ਗੱਲ ਕਰਨੀ ਸਾਨੂੰ ਪਹਿਲਾਂ ਹੀ ਉਹਨਾਂ ਤੇ ਮਗਾਦਣਾ ਕਿ ਤੂੰ ਘਰ ਦੇ ਅੱਗੇ ਫालतू ਕੋਈ ਬੋਲਣਾ ਨਹੀਂ ਹੈਗਾ ਬਸ ਠੀਕ ਠਾਕ ਰੋਟੀ ਪਾਣੀ ਮਿਲਦਾ ਸਭ ਕੁਝ ਮਿਲਦਾ ਆ ਕੋਈ ਰੋਟੀ ਪਾਣੀ ਦੰਦਸੀ ਬਿਲਕੁਲ ਕਚਰਾ ਰੋਟੀ ਦੇ ਦਿੰਦੇ ਸੀਗੇ ਸਵੇਰ ਨੂੰ ਕਣਕ ਉਬਾਲ ਕੇ ਦੇ ਦਿੰਦੇ ਸੀਗੇ ਤੇ ਦੋ ਟਾਈਮ ਦਾਲ ਦਾ ਪਾਣੀ ਦੇ ਦਿੰਦੇ ਹੁੰਦੇ ਸੀਗੇ ਨਾਲ ਤਾਂ ਮੈਨੂੰ ਉਥੇ ਬਾਬਾ ਸੇਦ ਦੀ ਵੀ ਸ਼ਿਕਾਇਤ ਹੋ ਗਈ ਸੀਗੀ ਤਾਂ ਮੈਂ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਬਾਬਾ ਸਾਹਿਬ ਦੀ ਸ਼ਿਕਾਇਤ ਹੋ ਗਈ ਹੈ ਕਿ ਮੈਨੂੰ ਕੋਈ ਮੈਡੀਸਨ ਦੇ ਦਿਓ ਕਹਿੰਦੇ ਜਾਂ ਤਾਂ ਘਰੋਂ ਵਗਾਲਾ ਮੈਡੀਸਨ ਸਾਡੇ ਕੋਲ ਨਹੀਂ ਹੈਗੀ ਮੈਡੀਸਨ ਤੇ ਉਲਟਾ ਉਹਨਾਂ ਨੇ ਮੈਨੂੰ ਪਾਣੀ ਦੇ ਵਿੱਚ ਗਰਮ ਪਾਣੀ ਚ ਲਾਲ ਮਿਰਚਾ ਘੋਲ ਕੇ ਮੈਨੂੰ ਪੀਆਈਆਂ ਉੱਥੇ ਉਹਨਾਂ ਨੇ ਇਹ ਤਾਂ ਮੈਨੂੰ ਪਤਾ ਮੈਂ ਉੱਥੇ 3 ਮਹੀਨੇ ਕਿਸ ਤਰ੍ਹਾਂ ਕੱਢ ਕੇ ਆਇਆ ਹੈਗਾ ਲੱਗਦਾ ਵੀ ਨਰਕ ਵਰਗਾ ਨਰਕ ਨਾਲੋਂ ਹੀ ਬੱਦਰ ਹਲਾ ਸੀ ਮੈਂ ਤਾਂ ਘਰ ਦੇ ਨੂੰ ਕਿਹਾ ਸੀ ਕਿ ਮੈਨੂੰ ਘਰੇ ਨਹੀਂ ਰੱਖਣਾ ਮੈਨੂੰ ਭਾਵੇਂ ਜੇਲ੍ਹ ਭੇਜ ਦਿਓ ਮੈਂ ਕਿ ਇਹ ਜਗ੍ਹਾ ਤੋਂ ਮੈਨੂੰ ਕਢਾ ਦਿਓ ਉਹ ਤਾਂ ਕੰਮ ਤੇ ਅੱਜ ਚੀਜ਼ ਯਾਦ ਆਉਂਦੀਆਂ ਲਾ ਲੋ ਤੁਈ ਮੈਨੂੰ 5 ਮਹੀਨੇ ਹੋ ਗਏ ਇੱਥੇ ਬੈਠੇ ਉਹਨੂੰ ਇੱਕੋ ਕੀ 88 ਦਿਨ ਇੱਕੋ ਕਮਰੇ ਦੇ ਵਿੱਚ ਕੱਟਨੇ ਕੋਈ ਕਿਸੇ ਦੇ ਨਾਲ ਗੱਲ ਨਹੀਂ ਕਰ ਸਕਦਾ ਹੈਗਾ ਉੱਥੇ ਬੰਦੇ ਮੈਂਟਲ ਹੁੰਦੇ ਵੀ ਦੇਖੇ ਹੈਗੇ ਮੈਂ ਬੰਦੇ 2-2 ਸਾਲ ਤੋਂ ਬੈਠੇ ਹੋਏ ਸੀਗੇ ਉੱਥੇ ਉਹ ਬਿਲਕੁਲ ਮੈਂਟਲ ਹੋ ਕੇ ਗਿਆ ਜਿੰਨੀ ਦੇਰ ਉਹ ਸਹੀ ਸੀਗਾ ਬੰਦਾ ਉਨੀ ਦੇਰ ਉਹਦੇ ਘਰੇ ਨਹੀਂ ਭੇਜਿਆ ਜਦੋਂ ਮੈਂਟਲ ਹੋ ਗਿਆ ਫੇਰ ਉਹਦੇ ਘਰੇ ਭੇਜਤਾ ਉਹਨਾਂ ਨੇ 18-18 ਮਹੀਨੇ 2-2 3-3 ਸਾਲ ਵਾਲੇ ਬੰਦੇ ਉੱਥੇ ਬੈਠੇ ਹੋਏ ਸੀਗੇ ਹੁਣ ਜਦੋਂ ਉਹਨਾਂ ਨੇ ਪਤਾ ਲੱਗਾ ਕਿ ਹਾਂ ਵੀ ਇਸੇ ਬੰਦੇ ਦੇ ਫੈਕਚਰ ਹੋ ਗਿਆ ਹੈ ਜਾਂ ਹਸਪੀਟਲ ਐਡਮਿਟ ਹੋ ਗਿਆ ਹੈ ਕਿ ਸਾਡੇ ਤੇ ਕੋਈ ਕਾਰਵਾਈ ਹੋ ਸਕਦੀ ਹੈਗੀ ਆ ਉਹਨਾਂ ਨੇ ਇੱਕ ਇੱਕ ਦੋ ਦੋ ਕਰਕੇ ਸਾਰੇ ਬੰਦੇ ਆਪਣੇ ਭੇਜ ਦਿੱਤੇ ਸੈਂਟਰ ਉਹਨਾਂ ਨੇ ਖਾਲੀ ਕਰ ਛੱਡੇ ਆ ਉੱਥੋਂ ਜਦ ਕਿ ਜਿੰਨੇ ਮੈਨੂੰ ਚੁਕਵਾਇਆ ਸੀਗਾ ਮੇਰਾ ਰਿਸ਼ਤੇਦਾਰ ਹੀ ਲੱਗਦਾ ਬਣਵਈਆ ਮੇਰਾ ਉਹ ਕਹਿ ਰਿਹਾ ਹੈਗਾ ਕਿ ਉਹਨੇ ਖਾਲੀ ਨਹੀਂ ਕੀਤਾ ਹੈਗਾ ਉਹਨੇ ਹੋਰ ਕਿਸੇ ਜਗ੍ਹਾ ਤੇ ਸ਼ਿਫਟ ਕੀਤਾ ਹੈਗਾ ਜੇ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕੀਤਾ ਹੋਊਗਾ ਤਾਂ ਫੇਰ ਫੜੇ ਜਾਣਗੇ ਉਹ ਸਾਰੇ ਇਹ ਜਿਹੜੀ ਗੁੰਡਾਗਰਦੀ ਕੀਤੀ ਉਸ ਨੂੰ ਲੁਕਾਉਣ ਦੇ ਲਈ ਉਹਨਾਂ ਨੇ ਨਿਹੰਗਾਂ ਦਾ ਬਾਣਾ ਪਾਇਆ ਹੋਇਆ ਸੀ ਨੋ ਨੋ ਬਿਲਕੁਲ ਨਿਹੰਗਾਂ ਦਾ ਬਾਣਾ ਪਾਇਆ ਹੋਇਆ ਜਦ ਕਿ ਉਹ ਸਾਰੇ ਨਕਲੀ ਹੈਗੇ ਆ ਉਹ ਕਿਹ ਜਿਹੜੇ ਨਿਹੰਗ ਸਿੰਘ ਹੈਗੇ ਆ ਉਹ ਖੁਦ ਨਸ਼ਾ ਨਹੀਂ ਕਰਦੇ ਦੂਸਰੇ ਛਡਾਂਦੇ ਆ ਉਹ ਤਾਂ ਖੁਦ ਕਰਦੇ ਹੈਗੇ ਜਿਹੜਾ ਮਾਲਕ ਓਨਰ ਹੈਗਾ ਹੈ ਉਹਨਾਂ ਦਾ ਉਹਦਾ ਮੁੰਡਾ ਖੁਦ ਨਸ਼ੇ ਕਰਦਾ ਸੀਗਾ ਉਹਨੇ ਆਪਣੇ ਮੁੰਡੇ ਨੂੰ ਖੁਦ ਪਠਾਨਕੋਟ ਸੈਂਟਰ ਚ ਕਾਇਆ ਹੋਇਆ ਵਾ ਉਹ ਲੱਤਾਂ ਦੇ ਵਿੱਚ ਟੀਕੇ ਲਾਉਂਦਾ ਹੁੰਦਾ ਸੀਗਾ ਸਾਡੇ ਸਾਹਮਣੇ ਉਹ ਨਾਲੇ ਤੁਹਾਨੂੰ ਕੁੱਟਦੇ ਸੀਗੇ ਇਹ ਗੱਲ ਸੱਚੀ ਹੈ ਵੀ ਨਾਲੇ ਤੁਹਾਨੂੰ ਕੁੱਟਦੇ ਸੀ ਨਾਲੇ ਕਹਿੰਦੇ ਸੀ ਜਿੰਦਾਬਾਦ ਬਿਲਕੁਲ ਕਹਿੰਦੇ ਸੀਗੇ ਸਾਨੂੰ ਤੱਕੇ ਦੇ ਨਾਲ ਉਹਨਾਂ ਨੇ ਸਾਨੂੰ ਅੰਦਰ ਪੋਸਟਰ ਲਗਾਏ ਹੋਏ ਅੰਦਰ ਉਹਨਾਂ ਨੇ ਮੱਕੀ ਸ਼ਾਮ ਦੇ ਟਾਈਮ ਜਦੋਂ ਉਹਨਾਂ ਨੇ ਬਾਣੀ ਪੜ੍ਹਾਣੀ ਆ ਉਹਨਾਂ ਨੇ ਸਾਨੂੰ ਤਪਾਹ ਚ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਨਾਂ ਤੇ ਜਕਾਰੇ ਲਗਾਓ ਹੁਣ ਮਗਰ ਡਾਂਗ ਰੱਖੀ ਹੋ ਗਈ ਛਤਰਾਂ ਦੇ ਡਰ ਤੋਂ ਅਸੀਂ ਬੋਲਣ ਨਹੀਂ ਆਇਆ ਕਾਫੇ ਤਾਂ ਸਾਰਾ ਜੋ ਕੁਝ ਵੀ ਕਰਦੇ ਤੱਕੇ ਨਾ ਕੀਤਾ ਜਾਂਦਾ ਉੱਥੇ ਸੈਂਟਰ ਹੁੰਦੇ ਸੈਂਟਰਾਂ ਵਿੱਚ ਦੇਖੇ ਐਨੇ ਵਾਲਿਆਂ ਦੇ ਸੈਂਟਰ ਹੈਗੇ ਆ ਉਸ ਬੜੇ ਵਧੀਆ ਸੈਂਟਰ ਹੈਗੇ ਆ ਇਨਾਂ ਦੇ ਕੋਲ ਕੋਈ ਲਾਇਸੈਂਸ ਵੀ ਨਹੀਂ ਹੈਗੇ ਕੁਝ ਵੀ ਨਹੀਂ ਹੈਗਾ ਇਹਨਾਂ ਦੇ ਕੋਲ ਕੋਈ ਡਾਕਟਰ ਨਹੀਂ ਕੋਈ ਕੰਪਾਉਂਡਰ ਨਹੀਂ ਕੁਝ ਨਹੀਂ ਹੈਗਾ ਉੱਥੇ ਜਦੋਂ ਤੁਸੀਂ ਪਹਿਲੇ ਦਿਨ ਭਰਤੀ ਹੋਏ ਤੁਹਾਡਾ ਕੋਈ ਮੈਡੀਕਲ ਉਹਨਾਂ ਨੇ ਚੈੱਕ ਕੀਤਾ ਕੋਈ ਚੀਜ਼ ਕੁਝ ਵੀ ਨਹੀਂ ਮੈਡੀਕਲ ਨਹੀਂ ਕੁਝ ਵੀ ਨਹੀਂ ਚੈੱਕ ਕੀਤਾ ਹੈਗਾ ਕਿਉਂਕਿ ਜਦ ਕਿ ਜਦੋਂ ਵੀ ਕਿਤੇ ਸੈਂਟਰ ਤੇ ਜਾਉਣਾ ਸਭ ਤੋਂ ਪਹਿਲਾਂ ਉਹਦਾ ਬਲੱਡ ਚੈੱਕ ਹੁੰਦਾ ਹੈ ਕਿ ਬੰਦੇ ਨੂੰ ਕੋਈ ਬਿਮਾਰੀ ਤਾਂ ਨਹੀਂ ਹੈਗੀ ਉਹਨਾਂ ਨੇ ਕੁਝ ਨਹੀਂ ਚੈੱਕ ਕੀਤਾ ਹੈਗਾ ਨਾ ਉੱਥੇ ਕੋਈ ਖਾਣ ਦੀ ਫੈਸਿਲਿਟੀ ਹੈਗੀ ਨਾ ਕੋਈ ਰਹਿਣ ਦੀ ਫੈਸਿਲਿਟੀ ਹੈਗੀ ਅੰਦਰ ਬਿਸਤਰਿਆਂ ਦੇ ਵਿੱਚ ਖਟਮਲ ਤੱਕ ਪਏ ਹੈਗੇ ਅੰਦਰ ਉੱਥੇ ਕੋਈ ਵੀ ਇੱਕ ਬੰਦਾ ਐਸਾ ਨਹੀਂ ਹੋਗਾ ਜਿਹਨੂੰ ਖਾਰਚ ਨਹੀਂ ਪਈ ਹੋਗੀ ਖਾਰਚ ਕਰ ਕਰਕੇ ਬੰਦੇ ਦੇ ਸਰੀਰਾਂ ਦੇ जखਮਾ ਹੋਏ ਪਏ ਆ ਬੰਦੇ ਦੀ ਕੋਈ ਕੇਅਰ ਨਹੀਂ ਹੈਗੀ ਉੱਥੇ ਮੈਂ ਤਾਂ ਇਹੀ ਕਹਿੰਦਾ ਕਿ ਜੇ ਕਿਤੇ ਵੀ ਬੰਦੇ ਨੂੰ ਸੈਂਟਰ ਜਾਣਾ ਆ ਪਹਿਲਾਂ ਸੈਂਟਰ ਵਾਲਿਆਂ ਦੀ ਜਾਂਚ ਪੜਤਾਲ ਕੀਤੀ ਜਾਵੇ ਫਿਰ ਉੱਥੇ ਜਾਵੇ ਕਿ ਇਦਾਂ ਬਿਨਾ ਕਿਸੇ ਜਾਂਚ ਤੋਂ ਨਾ ਉੱਥੇ ਜਾਇਆ ਜਾਵੇ ਕਿਤੇ ਵੀ ਮਾਤਾ ਜੀ ਬੜੀ ਉਮੀਦ ਨਾਲ ਤੁਸੀਂ ਸੈਂਟਰ ਚ ਭੇਜਿਆ ਸੀਗਾ ਕਿ ਮੁੰਡਾ ਨਸ਼ਾ ਛੱਡ ਦੂਗਾ ਪਰ ਇਹ ਦੁੱਖ ਹੋਰ ਜ਼ਿਆਦਾ ਵੱਧ ਗਿਆ ਮੈਂ ਆ ਤੇ ਇਲਾਜ ਲਈ ਭੇਜਿਆ ਸੀਗਾ ਮੈਂ ਉਹਨਾਂ ਨੂੰ ਜਾਣਦੀ ਨਹੀਂ ਸੀ ਇਹ ਮੇਰੇ ਜਵਾਈ ਦੇ ਮੈਨੂੰ ਟਕਰਾਈ ਬੰਦੇ ਹੁਣ ਵੀ ਆਪਣੇ ਹੈਗੇ ਨੇ ਕੋਸ਼ ਕਹਿਣਗੇ ਮੈਂ ਕਹਨ ਨੂੰ ਵੀ ਜ਼ਬਰਦਸਤੀ ਮਾਰ ਘੋਟਾਈ ਨਾ ਕਰਿਓ ਪਿਆਰ ਨਾਲ ਕਰਿਓ ਜੋ ਵੀ ਕਰਨਾ ਜਾਂ ਦਬਕਾਲ ਇੱਕ ਅਦੀ ਲਾ ਵੀ ਲੈ ਤੇ ਚਲੋ ਕੋਈ ਨਹੀਂ ਵੀ ਐਨਾ ਨਹੀਂ ਜਦ ਹੱਡੀਆਂ ਪਸੇ ਤੋੜ ਦੋਗੇ ਇਹਨਾਂ ਨੇ ਕਰੇ ਕਿਹੜਾ ਮੇਰੀ ਦੁਸ਼ਮਣੀ ਲਈ ਮੁੰਡੇ ਮੇਰੇ ਦਾ ਮੰਜੇ ਤੇ ਪਾਤ ਹੁਣ ਮੇ ਕੋ ਸੂਮਰ ਚਾ ਕੇ ਮੇ ਕੋ ਆਪਣੀ ਮੈਂ ਤਕਲੀਫ ਚ ਮਰਦੀ ਪਈ ਗਟ ਗਏ ਮਰੀਜ਼ ਆ ਉਹਦਾ ਮੈਂ ਇਲਾਜ ਕਰਵਾਨੀ ਪਾ ਮੰਜੇ ਤੇ ਆਪਣ ਜੇ ਪਿਆ ਤੁਹਾਡੇ ਸਾਹਮਣੇ ਇੱਥੇ ਮੈਂ ਪਾਣੀ ਦੇ ਜੋ ਦੇ ਵਿਚਾਰੇ ਨੇ ਮਦਦ ਕਰਦੀ ਪਈ ਜਿੰਨੀ ਮੇ ਕੋ ਹੁੰਦੀ ਪਈ ਮੈਂ ਤਾਂ ਆ ਬਮਾਰ ਇਹਨਾਂ ਨੇ ਤੇ ਮੇਰੇ ਕੋ ਖਰੀ ਗੜੀ ਦੁਸ਼ਮਣੀ ਕਿਸਨੇ ਕਾਟ ਲਈ ਮੇਰੇ ਨਾਲ ਇਦਾਂ ਦੀ ਪੈਸਾ ਵੀ ਮੇਰੇ ਕੋ ਲਿਆ ਇਹਨਾਂ ਨੇ 50000 ਮੈਂ ਦੇ ਚੁੱਕੀ ਇਹਨਾਂ ਨੂੰ 20000 ਘਰੋਂ ਲੈ ਕੇ ਗਏ 15 15000 ਨਾਲ ਦੋ ਵਾਰ ਮੇਰੇ ਕੋਲ ਲਿਆ 50000 ਪੂਰਾ ਦੇ ਕੇ ਤਾਂ ਮੁੰਡੀਆਂ ਲੱਤਾਬੰਮ ਮੁੰਡੇ ਦੀ ਮੈਂ ਅਸਰ ਦੁਸ਼ਮਣ ਬਣੀ ਹੋਈ ਆ ਆਲਾ ਕਹਿੰਦਾ ਪੈਸਾ ਦੇ ਕੇ ਮੇਰੀ ਹੱਡੀਆਂ ਪਸੀਆਂ ਤੋੜਵਾਈਆਂ ਤੇ ਕਿਸੇ ਸਰਕਾਰੀ ਸੈਂਟਰ ਚੋਂ ਮੈਨ ਭੇਜ ਦੇ ਪੁੱਛ ਕੁੱਛ ਕਰਕੇ ਭੇਜ ਦੇ ਇਹ ਕੋਈ ਮੇਰੀ ਕੋ ਗਲਤੀ ਹੋ ਗਈ ਮੈਂ ਪੁੱਛ ਕੁੱਛ ਨਹੀਂ ਕੀਤੀ ਇਹ ਆਪਣੇ ਜਵਾਈ ਦੇ ਕਹਿਣ ਦਿੱਤੇ ਭੇਜਿਆ ਹੈਗਾ ਹੁਣ ਮੈਂ ਉਹਨਾਂ ਨੂੰ ਜਾਣਦੀ ਨਹੀਂ ਸੀ ਕੌਣ ਬੰਦੇ ਆ ਜੋ ਕੌਣ ਨੇਗੇ ਬੰਦੇ ਇੱਥੇ ਤੇ ਕੰਨੀ ਸੀ ਪਤਾ ਨਾ ਦਾ ਨਾਮ ਕੀ ਹੈ ਇਹ ਜੋ ਲਹਿਗੇ ਆ ਉਦੋਂ ਦਾ ਬੁਰੇ ਹਾਲਤ ਜ਼ਬਰਦਸਤੀ ਮੇਕੋ ਸਿਆਣ ਕਰਵਾਏ ਜਿੰਦੇ ਅੰਦਰੋਂ ਲਾਟ ਤੇ ਦਰਵਾਜ਼ਿਆਂ ਦੇ ਸਾਨੂੰ ਬਾਹਰ ਨਾ ਆਣ ਦੇਣ ਸਿਆਣ ਕੀਤੇ ਤੇ ਫਿਰ ਜਿੰਦੇ ਰਣ ਖੋਲੇ ਫਿਰ ਸਾਨੂੰ ਇਹਨਾਂ ਨੂੰ ਆਣ ਦਿੱਤਾ ਬਾਹਰ ਬੜੀ ਮੁਸ਼ਕਲ ਨਾਲ ਕਿੱਥੇ ਮੈਤਪੁਰ ਤੋਂ ਗੋਪਿੰਡ ਜਿੱਥੋਂ ਮੈਨੂੰ ਲੈ ਕੇ ਆਈਆਂ ਲੈਕਸੀਆਂ ਕਰ ਕਰਕੇ ਕਰਾਇਆ ਦਿੱਤੇ ਤੇ ਘਰ ਇੱਥੇ ਲਿਆਈਆਂ ਗਏ ਹਸਪਤਾਲ ਸ਼ਹਿਰਪੁਰ ਲੈ ਗਏ ਨੇ ਪਰ ਚਲੋ ਅਸੀਂ ਨਿਗਰਾਨੀ ਰੱਖਾਂਗੇ ਹਸਪਤਾਲ ਚ ਪਾਤਾ ਉੱਥੇ 5-6 ਦਿਨ ਮੈਂ ਕੱਲੀ ਪੇ ਫਿਰਦੀ ਰਹੀਆਂ ਹੂੰ ਬਸ ਦੋ ਇੱਕ ਵਾਰੀ ਦੁਨੀਆ ਚਾਰੀ ਘੜੀ ਤੇ ਘੜੀ ਆਏ ਨੇ ਮੁੜ ਕੇ ਕੋਈ ਮੇਰੇ ਕੋਲ ਨਹੀਂ ਵੜਿਆ ਐਕਸਰੇ ਕਰਵਾਏ ਜੋ ਵੀ ਕਰਾਇਆ ਤੁਸੀਂ ਮਿਲਣ ਜਾਂਦੇ ਸੀਗੇ ਨਾ ਚਲੋ ਸੈਂਟਰ ਹਾਂਜੀ ਹਾਲਾਂਕਿ ਕਹਿਣ ਨੂੰ ਹੀ ਆ ਸੈਂਟਰ ਤਾਂ ਲੱਗ ਨਹੀਂ ਰਿਹਾ ਜਿੱਦਾਂ ਦੇ ਉੱਤੇ ਨਾ ਉਹ ਸੈਂਟਰ ਹੈ ਹੀ ਨਹੀਂ ਸੀਗਾ ਜਿੱਦਾਂ ਕਰੇ ਕਿ ਗੋਦਾਮ ਕੀ ਬਣਾਇਆ ਹੋਇਆ ਉਹਨਾਂ ਨੇ ਅੰਦਰ ਉਹ ਬਿਜ਼ਨਸ ਬਣਾਇਆ ਹੋਇਆ ਸੀ ਬਣਾਉਂਦਾ ਕਿਸੇ ਨਸ਼ਾ ਨਹੀਂ ਛਡਾਉਂਦੇ ਬਿਜ਼ਨਸ ਬਣਾਇਆ ਹੈਗਾ ਉਹਨਾਂ ਨੇ ਕਿਸੇ ਦੇ ਘਰੋਂ ਜੇ ਕੋਈ ਜਿਆਦਾ ਹੈਵੀ ਬੰਦਾ ਹੈਗਾ ਘਰੋਂ ਤਗੜਾ ਹੈਗਾ ਆ ਉਹਨਾਂ ਦੇ ਘਰੋਂ 25 25 30 30000 ਰੁਪਏ ਹਰੇਕ ਮਹੀਨੇ ਲਈ ਜਾਂਦੇ ਹੈਗੇ ਆ ਕਿਸੇ ਦੇ ਘਰੋਂ ਕਿ ਮਹੀਨੇ ਦਾ ਜਿਆਦਾ ਨਹੀਂ ਤਨ 2.5 ਤੋਂ 3 ਲੱਖ ਰੁਪਏ ਹਰੇਕ ਮਹੀਨੇ ਦੀ ਇਨਕਮ ਹੈਗੀ ਹੈ ਉਹਨਾਂ ਨੂੰ ਗਿਣਤੀ ਦੇ ਹਿਸਾਬ ਨਾਲ ਕਿਸੇ ਟਾਈਮ ਤੇ ਕਹਿੰਦੇ ਉੱਥੇ 60 60 77 ਬੰਦੇ ਅੰਦਰ ਰਹਿੰਦੇ ਹੁੰਦੇ ਸੀ ਕਹਿੰਦੇ ਜਸਟ ਮੈਂ ਗਿਆ ਸੀ ਉਸ ਟਾਈਮ ਤਾਂ 25 ਕਿ ਬੰਦੇ ਸੀਗੇ ਅੰਦਰ ਉਹਨਾਂ ਨੇ ਮਕੀ ਬਿਜ਼ਨਸ ਬਣਾਇਆ ਹੈਗਾ ਕੋਈ ਸੈਂਟਰ ਨਹੀਂ ਹੈਗਾ ਉਹ ਕੋਈ ਮੈਡੀਸਨ ਨਹੀਂ ਦਿੰਦੇ ਕੋਈ ਇਲਾਜ ਨਹੀਂ ਕਰਦੇ ਹੈਗੇ ਆ ਸਿਰਫ ਅੰਦਰ ਬੰਦੇ ਨੂੰ ਡੱਕ ਛੱਡਦੇ ਆ ਬਸ ਕੁੱਟਣ ਵਾਸਤੇ ਬੰਦਿਆਂ ਨੂੰ ਵੱਖਰੇ ਇੰਤਜ਼ਾਮ ਸੀ ਖੂਹ ਸੀ ਕਹਿੰਦੇ ਵੀ ਪੁੱਠਾ ਲਟਕਾ ਦਿੰਦੇ ਸੀ ਪਾਣੀ ਅੰਦਰ ਉਹਨਾਂ ਨੇ ਖੂਹ ਹੀ ਬਣਾਈ ਹੋਈ ਸੀਗੀ ਜਦੋਂ ਕੋਈ ਬੰਦਾ ਮਕੀ ਉਹਦੇ ਨਾਲ ਮਕੀ ਬਹਿਸ-ਬਾਜੀ ਕਰਦਾ ਆ ਕਿ ਹਾਂ ਵੀ ਤੁਸੀਂ ਮੇਰੇ ਨਾਲ ਗਲਤ ਕਰਦੇ ਹੈਗੇ ਆ ਤਾਂ ਉਹਨੂੰ ਹੋਰ ਮਕੀ ਪਾਣੀ ਦੇ ਵਿੱਚ ਉਹਨੂੰ ਮੂੰਹ ਡੁਬੋ ਦਿੰਦੇ ਹੁੰਦੇ ਸੀਗੇ ਅੰਦਰ ਉਹਦੇ ਬੰਦੇ ਦਾ

ਤੱਕੇ ਨਾਲ ਉਹਨੇ ਕਿਹਾ ਕਿ ਹਾਂ ਤੁਸੀਂ ਬਾਣੀ ਪੜੋ ਜੋ ਬੰਦਾ ਬਾਣੀ ਪੜਦਾ ਫਿਰ ਤੱਕੇ ਨਾਲ ਉਹਨਾਂ ਕੋ ਜਗਾਰੇ ਲਗਵਾਨੇ ਉਹਨਾਂ ਨੇ ਹੁਣ ਸਾਡਾ ਨਹੀਂ ਮੰਨ ਕਰਦਾ ਸੀਗਾ ਉਹਨਾਂ ਦੇ ਨਾਂ ਤੇ ਜਗਾਰੇ ਲਾਉਣ ਦਾ ਇਹਨਾਂ ਨੇ ਤੱਕੇ ਨਾਲ ਲਗਵਾਨੇ ਸਾਡੇ ਕੋਲ ਜਗਾਰੇ ਤੇ ਘਰ ਦੇ ਨਾਲ ਸਾਨੂੰ ਇਹਨਾਂ ਨੂੰ ਕਹਦਾ ਨਾ ਘਰ ਦੇਆਂ ਨੂੰ ਕਿ ਹਾਂ ਵੀ ਬੰਦੇ ਤੁਹਾਡੇ ਨੂੰ ਅਸੀਂ ਚੰਗੀ ਬੁੱਧੀ ਦੇਈ ਦੀ ਆ ਬਾਣੀ ਪੜਾਈ ਦੀ ਆ ਬਾਹਰੋਂ ਕੁਝ ਹੋਰ ਹੈ ਅੰਦਰੋਂ ਕੁਝ ਹੋਰ ਹੈ ਉਹਨਾਂ ਦਾ ਇਹ ਦਿਖਾਵਾ ਸੀਗਾ ਮੈਂ ਤਾਂ ਅੰਦਰੋਂ ਨਰਕੀ ਭੁੱਖ ਕੇ ਆਇਆ ਹਾਂ ਸੈਂਟਰ ਨਹੀਂ ਕੱਟ ਕੇ ਆਇਆ ਹੈਗਾ ਕਿਉਂਕਿ ਮੇਰੇ ਹੋਰ ਵੀ ਯਾਰ ਦੋਸਤ ਹੈਗੇ ਉਹ ਵੀ ਕਈ ਵਾਰੀ ਸੈਂਟਰ ਗਏ ਹੈਗੇ ਉਹਨਾਂ ਨੇ ਉਹ ਦੱਸਿਆ ਉਹ ਜਦੋਂ ਜਾਂਦੇ ਸੈਂਟਰ ਤੋਂ ਬਾਹਰ ਆਉਂਦੇ ਅਗਲਾ ਡਬਲ ਹੋ ਕੇ ਆਉਂਦਾ ਹੈ ਬੰਦਾ ਬਾਹਰ ਮੈਂ ਤਾਂ ਪਹਿਲਾਂ ਨਾਲੋਂ ਮਰ ਕੇ ਆ ਗਿਆ ਅੰਦਰ ਜਦੋਂ ਮੈਂ ਗਿਆ ਸੀ ਉਹਦੇ ਨਾਲੋਂ ਮੇਰੇ 10 ਕਿਲੋ ਵਜ਼ਨ ਘਟ ਗਿਆ ਅੰਦਰ ਕੁਝ ਖਾਣ ਨੂੰ ਨਹੀਂ ਦੇਣਾ ਹੈਗਾ ਉਹਨਾਂ ਨੇ ਸਿਰਫ ਛਿੱਤਰ ਮੰਨ ਨੇ ਉਹਨਾਂ ਨੇ ਸਾਡੇ ਘਰ ਦੇ ਕੋਈ ਆਉਂਦੇ ਸੀਗੇ ਕੁਝ ਖਾਣ ਪੀਣ ਦਾ ਸਮਾਨ ਦੇ ਜਾਂਦੇ ਹੁੰਦੇ ਸੀਗੇ ਉਹ ਵੀ ਨਹੀਂ ਸਾਨੂੰ ਦੇਣਾ ਉਹਨਾਂ ਨੇ ਉਹ ਵੀ ਉਹਨਾਂ ਨੇ ਆਪ ਖਾ ਜਾਣਾ ਕੁਝ ਵੀ ਨਹੀਂ ਦੇਣਾ ਉਹਨਾਂ ਨੇ ਕਪੜਾ ਇਹਦਾ ਚੋਰੀ ਰੱਖ ਲਿਆ ਸਾਰੇ ਬੈਗ ਪਰ ਕੇ ਦੇ ਕੇ ਆਇਸ ਕਪੜੇ ਮਤਲਬ ਜੇ ਕਿਉਂਕਿ ਨਸ਼ਾ ਬਹੁਤ ਵੱਡਾ ਮਸਲਾ ਪੰਜਾਬ ਦਾ ਹਾਂਜੀ ਹਾਂਜੀ ਦੁੱਖ ਹੁੰਦਾ ਪੰਜਾਬ ਬਾਰੇ ਸੋਚ ਕੇ ਜਿੱਦਾਂ ਇਹ ਸੈਂਟਰ ਹੋਣ ਮੁੰਡਿਆਂ ਦਾ ਕੀ ਬਣ ਰਿਹਾ ਹੈ ਬਣ ਰਿਹਾ ਹਾਂਜੀ ਜਿਨੀਵਰ ਤੁਸੀਂ ਗਏ ਮਿਲਣ ਵਾਸਤੇ ਤੁਹਾਨੂੰ ਇਹਨਾਂ ਨੇ ਆਪਣਾ ਜ਼ਿਕਰ ਕੀਤਾ ਕਿ ਮੈਨੂੰ ਹਾਂਜੀ ਇੱਕ ਵਾਰੀ ਮੈਂ ਗਈ ਮਿਲਣ ਪਹਿਲੇ ਉਦੋਂ ਮੈਨੂੰ ਮਲਾਇਆ ਹੈ ਦੂਜੀ ਵਾਰੀ ਫੇਰ ਇਹਨਾਂ ਕੋ ਮਿਲਣ ਮੈਂ ਗਈਆਂ ਦਵਾਈ ਦੇਣ ਗਈਆਂ ਫੋਨ ਤੇ ਮੇਰੀ ਵੀ ਇਹਨਾਂ ਨੇ ਗੱਲ ਕਰਾਈ ਮਿਲਣਾ ਨਹੀਂ ਦਿੱਤਾ ਮਿਲਣਾ ਦੂਰ ਹੈ ਫੋਨ ਤੇ ਵੀ ਨਹੀਂ ਗੱਲ ਕਰੇ ਦਵਾਈਆਂ ਵੀ ਨਾ ਨੇ ਆਪ ਰੱਖ ਲਈਆਂ ਬਵਾਸੀਰ ਦੀ ਸੀਗੀ ਮੈਂ ਕਹਾਂ ਉਹਨੂੰ ਕੱਚੀ ਲੱਸੀ ਦੇ ਜਿਆ ਕਹ ਤੁਹਾਨੂੰ ਪੈਸੇ ਦੇ ਦੇ ਹਰ ਮਹੀਨੇ ਦੇ ਕੱਚੀ ਲੱਸੀ ਪਿਲਾਓ ਉਹਨੂੰ ਕਿਦਾਂ ਕਹਿੰਦਾ ਦੇਨੇ ਆ ਦੇਨੇ ਉਹ ਕਹਿੰਦਾ ਬਾ ਹੁਣ ਸਾਰੀ ਸਾਨੂੰ ਕਹਾਣੀ ਦੱਸਦਾ ਪਿਆ ਮਰਚਾ ਵਾਲਾ ਪਾਣੀ ਕੋਲ ਕੋਲ ਕੇ ਪਲਾਂਦੇ ਸੀ ਕੋਈ ਸਾਨੂੰ ਉਹ ਹੈ ਨਹੀਂ ਉਹਦੇਣ ਸੁੱਕਾ ਪਿਆ ਨਾੜਾਂ ਉਹਦੀਆਂ ਨਿਕਲੀਆਂ ਪਈਆਂ ਹੁਣ 15 ਦਿਨ ਹੋ ਚਲੇ 16 ਦਿਨ ਤੇ ਅਜੇ ਹੁਣ ਮਾੜਾ ਮੋੜਾ ਖੁਆਨੀ ਪਈਆਂ ਜਾਂ ਥੋੜਾ ਜਿਹਾ ਰੰਗਤ ਹੋਈ ਦੀ ਐ ਨਾੜਾਂ ਨਿਕਲੀਆਂ ਗਿਆ ਪੈਰ ਰੜਰ ਸੁਜੇ ਪਏ ਸੀਗੇ ਦੋ ਜਾਨੇ ਫਾੜ ਕੇ ਨੂੰ ਆਟੋ 'ਚ ਬਿਠਾਇਆ ਦੋ ਜਾਨੇ ਫਿਰ ਟੈਕਸੀ 'ਚ ਬੜੀ ਮੁਸ਼ਕਲ ਨਾਲ ਲੈ ਕੇ ਗਏ ਮੈਂ ਤਾਂ ਰੋਂਦੀ ਪਈਆਂ ਉਸ ਘੜੀ ਨੂੰ ਜਿਹੜੀ ਘੜੀ ਮੈਨੇ ਤੇ ਮਗਰ ਲਾ ਕੇ ਆਪਣਾ ਮੁੰਡਾ ਉੱਥੇ ਭੇਜ ਦਿੱਤਾ ਇਹਨਾਂ ਦੇ ਇੱਥੇ ਰੰਦਾ ਘਰ ਦੇ ਵਿੱਚ ਇਹਨਾਂ ਮਕਾਇਦ ਰੱਖਣ ਦੀ ਮਿਹਨਤ ਆਸਰ ਉਹ ਵੀ ਵਧੀਆ ਸੀ ਰੋਟੀ ਤੇ ਕੰਮਸ ਕਮ ਦੇਂਦੇ ਅਸੀਂ ਇਹਨੂੰ ਇਸ ਇਹੋ ਜੇ ਸੈਂਟਰਾਂ ਨਾਲ ਤਾਂ ਬੰਦਾ ਆਪਣੇ ਘਰ ਦੇ ਵਿੱਚ ਬੱਚਿਆਂ ਰੱਖੇ ਤੇ ਵਧੀਆ ਇਹੋ ਜੇ ਸੈਂਟਰਾਂ ਚ ਕਦੀ ਨਾ ਭੇਜੇ ਨਾ ਉਹਨਾਂ ਕੋਲ ਲਾਇਸੈਂਸ ਨਾ ਕੋਸ ਕਿੜੇ-ਕੜੀਆਂ ਕੰਧਾਂ ਉੱਚੀਆਂ ਸੰਦ ਦੂਜੀ ਵਾਰ ਮੁੜ ਕੇ ਦਿਖਾਈ ਉਹਦੋਂ ਦਿੱਤਾ ਵੇ ਜਦੋਂ ਘਰ ਲੈ ਕੇ ਆਏ ਫੋਨ ਤੇ ਗੱਲ ਸਾਡੀ ਇਹਨਾਂ ਨੇ ਨਹੀਂ ਕਰਾਣੀ ਫੋਨ ਤੇ ਗੱਲ ਪੁੱਛਣੀ ਨਹੀਂ ਕਰਾਂਦੇ ਸਗੇ ਰੋਣ ਆਉਂਦਾ ਵੀਰੇ ਉਹ ਸਮਾਜ ਚਿੱਤੇ ਬਹੁਤ ਜ਼ਿਆਦਾ ਹੁੰਦਾ ਹੈ ਬਹੁਤ ਆਪ ਰੋਣੇ ਪਏ ਬਹੁਤ ਪਹਿਲਾਂ ਸਾਨੂੰ ਕੁਤਤੇ ਸੀਗੇ ਤਾਂ ਮੁੜ ਕੇ ਜੋ ਦੇਖਿਆ ਬੰਦਾ ਨਹੀਂ ਹਲਾਤ ਹੈਗੇ ਇੱਥੇ ਰੱਖਣ ਜੋਗੇ ਫਿਰ ਘਰ ਦੇ ਲੋਕ ਕਹਿੰਦੇ ਕਿ ਇਹਨਾਂ ਨੇ 도ੜਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਤਿੰਨੇ ਸੱਟਾਂ ਲੱਗੀਆਂ ਤੇ ਇਹਨਾਂ ਨੂੰ ਆ ਕੇ ਲੈ ਜਾਓ 도ੜਨ ਦੇ ਨਾਲ ਕਿਦੀ ਹੱਡੀ ਫੈਕਚਰ ਹੋ ਜਾਂਦੀ ਹੈ 15 15 ਫੁੱਟ ਉੱਚੀਆਂ ਕੰਧਾਂ ਕੀਤੀਆਂ ਹੋਗੇ ਬੰਦਾ ਕਿਸ ਤਰ੍ਹਾਂ ਉੱਪਰ ਚੜ੍ਹ ਜੇਗਾ ਜਦ ਤੁਸੀਂ ਅੰਦਰ ਇਹ ਮੈਂ ਕਿ ਛੋਟਾ ਜਿਹਾ ਗੇਟ ਰੱਖਿਆ ਹੋਏ ਬਿਲਕੁਲ ਛੋਟਾ ਜਿਹਾ ਇੱਕ ਬੰਦਾ ਵੀ ਇੱਕ ਟਾਈਮ ਤੇ ਬੜਾ ਔਖਾ ਹੋ ਕੇ ਅੰਦਰ ਨਿਕਲਦਾ ਸੀਗਾ ਤੋਂ ਉਧਰ ਰਸਤੇ 'ਤੇ ਥਾਣੇ ਕਿੱਦਾਂ ਬੰਦਾ 도ੜ ਜੇਗਾ ਇਹ ਨਾਮ ਕੀ ਉਹਨਾਂ ਮਾਲਕਾਂ ਦਾ ਤੇ ਇਹ ਜਿਹੜਾ ਸੈਂਟਰ ਇਹਨਾਂ ਨੇ ਬਣਾਇਆ ਸੀ ਕਿੱਥੇ ਕਰਕੇ ਸੀ ਸੈਂਟਰ ਇਹਨਾਂ ਦਾ ਨਕੋਦਰ ਰੋਡ ਤੇ ਮਹਿਦਪੁਰ ਤੋਂ 3 ਕਿਲੋਮੀਟਰ ਦੂਰ ਬਾਲੋਕੀ ਪਿੰਡ ਦੇ ਵਿੱਚ ਬਣਾਇਆ ਹੋਇਆ ਤਾਂ ਸੈਂਟਰ ਦਾ ਇਹਨਾਂ ਨੇ ਨਾਮ ਰੱਖਿਆ ਹੋਇਆ ਬਾਬਾ ਦੀਪ ਸਿੰਘ ਗੁਰਮੁਖ ਵਿਦਿਆਲਿਆ ਉਹਨਾਂ ਨੇ ਕੋ ਸੈਂਟਰ ਬਣਾਇਆ ਲੇਕਿਨ ਸੈਂਟਰ ਦੀ ਆਰਡ ਦੇ ਵਿੱਚ 2 ਨੰਬਰ ਦੇ ਧੰਦਾ ਕਰਨ ਦੇ ਅੰਦਰ ਸਾਰਾ ਇਹ ਜੋ ਜੇ ਵੀਡੀਓ ਪੰਜਾਬ ਸਰਕਾਰ ਦੇਖ ਰਹੇ ਹੋ ਦੇਖ ਰਹੀ ਹੋਵੇ ਤਾਂ ਸੀਐਮ ਮਾਨ ਖਾਸ ਕਰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਕਿਉਂਕਿ ਸੈਂਟਰ ਦੀ ਆਰਡ ਦੇ ਵਿੱਚ ਜਿਸ ਤਰੀਕੇ ਨਾਲ ਗੁੰਡਾਗਰਦੀ ਹੋ ਰਹੀ ਹੈ ਨਸ਼ਾ ਛਡਾਉਣ ਦੀ ਥਾਂ ਦੇ ਉੱਤੇ ਮੁੰਡਿਆਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ ਚੀਜ਼ਾਂ ਦੀ ਨਿਰੀਖਣ ਹੋਣੀ ਚਾਹੀਦੀ ਹੈ ਜਾਂਚ ਪੜਤਾਲ ਵੀ ਕਿਹੜੇ ਹਾਲਾਤਾਂ ਦੇ ਵਿੱਚ ਸਾਡੇ ਨੌਜਵਾਨ ਉੱਥੇ ਸਮਾਂ ਕੱਢ ਰਹੇ ਵੀਰ ਜੇ ਤੁਹਾਨੂੰ ਭਗਵੰਤ ਮਾਨ ਹੁਰੀ ਦੇਖ ਰਹੇ ਹੋ ਤਾਂ ਕੀ ਕਹਿੰਦੇ ਹੋ ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹਨਾ ਕਿ ਜਿਹੜੇ ਨਸ਼ਾ ਛਡਾਊ ਕੇਂਦਰ ਹੈਗੇ ਜਿਹੜੇ ਦੂ ਨੰਬਰ ਦੇ ਦਾ ਬਿਨਾਂ ਲਾਇਸੈਂਸ ਤੋਂ ਹੈਗੇ ਸਾਰੇ ਬੰਦ ਕੀਤੇ ਜਾਣ ਸਿਰਫ ਸਰਕਾਰੀ ਕੀਤੇ ਜਾਣ ਇਹ ਜਿੰਨਾ ਕੋ ਲਾਇਸੈਂਸ ਹੋਣ ਕਿ ਜਿੱਥੇ ਨਸ਼ਾ ਛਡਾਊ ਦੇ ਇਲਾਜ ਕੀਤਾ ਜਾ ਸਕਦਾ ਹੈਗਾ ਆ ਇਹਦਾ ਨਸ਼ਾ ਛਡਾਊ ਦੇ ਤੋਂ ਨਸ਼ਾ ਛਡਾਇਆ ਨਹੀਂ ਜਾਂਦਾ ਹੈਗਾ ਉਹ ਖੁਦ ਨਸ਼ਾ ਕਰਦੇ ਹੈਗੇ ਆ ਨਸ਼ਾ ਕਰਨ ਤੋਂ ਬਾਅਦ ਫਿਰ ਸਾਡੇ ਵਰਗੇ ਅੰਦਰ ਬੈਠਿਆਂ ਨੂੰ ਬੰਦੇ ਨੂੰ ਕੁੱਟਮਾਰ ਕਰਦੇ ਹੈਗੇ ਆ ਜਦੋਂ ਕੋਈ ਜਦਾ ਇੰਜੂਰੀ ਹੋ ਜਾਂਦੀ ਆ ਫਿਰ ਘਰ ਦੇ ਨੂੰ ਫੋਨ ਕਰਕੇ ਕਹਿੰਦੇ ਕਿ ਇਹਨਾਂ ਨੂੰ ਲੈ ਜਾਓ ਇਹਨਾਂ ਨੂੰ ਢੋਣ ਦੀ ਕੋਸ਼ਿਸ਼ ਕੀਤੀ ਹੈ ਲੜਾਈ ਝਗੜਾ ਕੀਤਾ ਹੈਗਾ ਆ ਉਥੇ ਇੱਕ ਦੇ ਨਾਲ ਨਹੀਂ ਹਰੇਕ ਦੇ ਨਾਲ ਇਸ ਤਰ੍ਹਾਂ ਦਾ ਵਰਤਾਵਰ ਕੀਤਾ ਜਾਂਦਾ ਹੈਗਾ ਹੈਗਾ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਬਸ ਇਦਾਂ ਦੇ ਜਿਹੜੇ ਸੈਂਟਰ ਬੰਦ ਕੀਤੇ ਜਾਣ ਤੇ ਜਿਹੜੇ ਸਰਕਾਰੀ ਆ ਉਹਨਾਂ ਵੱਲੋਂ ਇੱਕ ਤਰ੍ਹਾਂ ਦਾ ਇਲਾਜ ਕੀਤਾ ਜਾਵੇ ਬਿਲਕੁਲ ਸਾਰੇ ਸਵਾਲਾਂ ਦਾ ਜਵਾਬ ਲੈਣ ਅਸੀਂ ਸੈਂਟਰ ਵਾਲਿਆਂ ਨੂੰ ਫੋਨ ਵੀ ਕੀਤਾ ਪਰ ਕਿਉਂਕਿ ਕਾਣੇ ਆ ਸ਼ਾਇਦ ਅਸਲੀ ਫੋਨ ਨਹੀਂ ਚੱਲ ਰਹੇ ਤੇ ਜਿਹੜੀ ਥਾਂ ਬਾਈ ਦੱਸ ਰਹੇ ਨੇ ਉਥੇ ਹੁਣ ਕੋਈ ਦੇਖਣ ਨੂੰ ਨਹੀਂ ਮਿਲ ਰਿਹਾ ਆਪਣੇ ਸਹਾਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇਲੇ